ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਘੁਡਾਣੀ ਖੁਰਦ ਵਿਖੇ ਜੋ ਕਥਾ ਵਿਚਾਰ ਦਾ ਸਮਾਗਮ ਸੰਤ ਗਿਆਨੀ ਕਪੂਰ ਸਿੰਘ ਜੀ ਮਹੰਤ ਜੀ ਸੰਪਰਦਾਏ ਭਿੰਡਰਾਂ ਦੇ ਮੁਖੀ ਵੱਲੋਂ ਇਹ ਰਚਿਆ ਗਿਆ ਸੀ, ਇਸ ਵਿੱਚ ਗਿਆਨੀ ਅਮਰਜੀਤ ਸਿੰਘ ਜੀਆਂ ਨੇ 14 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਇਹ ਸਮਾਗਮ ਵਿੱਚ ਕਥਾ ਕੀਤੀ ਹੈ, ਜਿਸ ਵਿੱਚ ਸਵੇਰ ਵਕਤ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਲਗਾ ਮਾਤਰਾ ਸਹਿ ਸ਼ੁੱਧ ਉਚਾਰਨ ਕੀਤਾ ਗਿਆ, ਸ਼ਾਮ ਵੇਲੇ ਗੁਰ ਇਤਿਹਾਸ ਦੀ ਵਿਆਖਿਆ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਇਸ ਸਮਾਗਮ ਦੀ ਅਖੀਰ ਦੇ ਅੰਦਰ 3 ਅਪ੍ਰੈਲ ਕੱਲ੍ਹ ਐਤਵਾਰ ਨੂੰ 30 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਦੇ ਜਹਾਜ਼ੇ ਚੜ੍ਹੇ ਹਨ। ਹੋਰ ਵੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਲਾਕੇ ਦੇ ਵਿੱਚ ਇਹੋ ਜਿਹੇ ਸਮਾਗਮ ਪਿੰਡ ਪਿੰਡ ਵਿੱਚ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਜੋ ਅੱਜ ਦੇ ਸਾਡੇ ਨੌਜਵਾਨ ਵੀਰ ਨੇ ਉਹਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਅਤੇ ਉਤਸ਼ਾਹ ਬੜਾ ਦੇਖਣ ਨੂੰ ਮਿਲਦਾ ਹੈ, ਪਰ ਉਹ ਸਿੱਖੀ ਤੋਂ ਦੂਰ ਹੋ ਰਹੇ ਹਨ। ਇਸ ਕਰਕੇ ਪ੍ਰਚਾਰ ਦੀ ਘਾਟ ਕਾਰਨ ਹੀ ਹੈ ਆਪਾਂ ਰਲ ਮਿਲ ਕੇ ਇਹੋ ਜਿਹੇ ਸਮਾਗਮ ਸਮੇਂ ਸਮੇਂ 'ਤੇ ਰਚਦੇ ਰਹੀਏ। ਇਸ ਸਮਾਗਮ ਵਿੱਚ ਇਲਾਕਾ ਨਿਵਾਸੀ ਸੰਗਤਾਂ ਨੇ, ਪਿੰਡ ਨਿਵਾਸੀ ਸੰਗਤਾਂ ਨੇ, ਪ੍ਰਬੰਧਕ ਵੀਰਾਂ ਨੇ ਬੜਾ ਸਹਿਯੋਗ ਦਿੱਤਾ, ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਈ ਹੈ। ਇਸ ਕਰਕੇ ਇਹੋ ਜਿਹੇ ਸਮਾਗਮ ਸਮੇਂ ਸਮੇਂ ਦੇ ਵਿੱਚ ਹੋਣੇ ਬਹੁਤ ਹੀ ਜ਼ਰੂਰੀ ਹਨ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕ ਕੇ ਗੁਰੂ ਦੇ ਜਹਾਜ਼ੇ ਚੜ੍ਹੇ ਨੇ ਉਹ ਬੜੇ ਵਡਭਾਗੀ ਹਨ, ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹਨ। ਸੰਤ ਗਿਆਨੀ ਕਪੂਰ ਸਿੰਘ ਜੀ ਦਾ ਬਹੁਤ ਬਹੁਤ ਸੰਗਤਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ, ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ, ਔਰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਸਮੇਂ ਸਮੇਂ 'ਤੇ ਇਹੋ ਜਿਹੇ ਪ੍ਰੋਗਰਾਮ ਜ਼ਰੂਰ ਸੰਗਤਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਬਾਬਾ ਜੈਮਲ ਸਿੰਘ ਜੀ ਜੋ ਗ੍ਰੰਥੀ ਹਨ ਗੁਰਦੁਆਰਾ ਸਾਹਿਬ ਜੀ ਦੇ, ਉਹਨਾਂ ਨੇ ਵੀ ਗਿਆਨੀ ਜੀ ਦੇ ਨਾਲ ਪੋਥੀ ਪੜ੍ਹਨ ਦੀ ਸੇਵਾ ਕੀਤੀ ਹੈ, ਬੜੇ ਪ੍ਰੇਮ ਨਾਲ ਬਾਣੀ ਪੜ੍ਹੀ ਹੈ, ਉਹਨਾਂ ਦਾ ਵੀ ਵਿਸ਼ੇਸ਼ ਕਰਕੇ ਧੰਨਵਾਦ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਇਲਾਕਾ ਨਿਵਾਸੀਆਂ ਦਾ ਧੰਨਵਾਦ ਹੈ। ਅਖੀਰ ਵਿੱਚ ਮੈਂ ਵਿਸ਼ੇਸ਼ ਕਰਕੇ TRC ਚੈਨਲ ਘੁੜਾਣੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਾਂ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਉੱਤੇ ਆ ਕੇ ਇਹ ਪ੍ਰੋਗਰਾਮ ਸਾਰੇ ਚੈਨਲ ਉੱਤੇ ਪਾ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸੁਣਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਇਹ ਬੜੇ ਤਨੋ ਮਨੋ ਧੰਨ ਨਾਲ ਗੁਰਸਿੱਖੀ ਦੀ ਸੇਵਾ ਕਰ ਰਹੇ ਹਨ, ਇਹੋ ਜਿਹੇ ਵੀਰਾਂ ਦੀ ਇਸ ਪੰਥ ਨੂੰ ਬੜੀ ਲੋੜ ਹੈ। ਮੈਂ ਇਹਨਾਂ ਵੀਰਾਂ ਦਾ ਫਿਰ ਪ੍ਰਬੰਧਕ ਵੀਰਾਂ ਵੱਲੋਂ, ਆਪਣੇ ਵੱਲੋਂ ਬੜਾ ਹੀ ਧੰਨਵਾਦ ਕਰਦਾ ਹਾਂ। ਸਭ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ।